ਸਾਹਿਬਾਨ ਦੇ ਇਸ ਮਹਾਨ ਕਵੀ ਸਥਾਨ ਤੇ ਆਈ ਗੁਰੂ ਪਿਆਰੀ ਸਤਸੰਗ ਜੀ, ਅਸੀਂ ਅੱਜ ਭਾਗਾਂ ਵਾਲੇ ਹਾਂ ਕਿ ਅੱਜ ਉਸ ਸਥਾਨ ਦੇ ਦਰਸ਼ਨ ਕਰ ਰਹੇ ਹਾਂ ਜਿੱਥੇ 52 ਕਵੀ ਇਸ ਤਰ੍ਹਾਂ ਹੀ ਖਲੋ ਕੇ ਕਵੀ ਦਰਬਾਰ ਕਰਿਆ ਕਰਦੇ ਸਨ ਤੇ ਸਾਹਿਬ ਜਕਾਰੇ ਛੱਡਦੇ ਸਨ ਤੇ ਢਾਲਾਂ ਭਰ ਭਰ ਕੇ ਉਹਨਾਂ ਕਵੀਆਂ ਦੇ ਝੋਲੀਆਂ ਭਰ ਦਿੰਦੇ ਸਨ। ਆਓ ਉਸ ਨਾਂ ਤੇ ਉਹਨਾਂ ਵੱਲੋਂ ਬਖਸ਼ੀ ਹੋਈ ਫਤਿਹ ਗੱਜ ਵੱਜ ਕੇ ਗਜਾਈਏ ਤੇ ਇਸ ਕਵੀ ਦਰਬਾਰ ਦੀ ਆਵਾਜ਼ ਪਾਉਂਟਾ ਸਾਹਿਬ ਦੇ ਕਣ ਕਣ ਵਿੱਚ ਪਹੁੰਚਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਹੁਕਮ ਹੋਇਆ ਕਿ ਬੈਠਾ ਸੋਢੀ ਪਾਤਸ਼ਾਹ ਇਸ ਮਹਾਂਕਾਵ ਜੋ ਕੱਲ੍ਹ ਅਸੀਂ ਰਿਲੀਜ਼ ਕੀਤਾ ਹੈ, ਇਹਦੇ ਵਿੱਚੋਂ ਇੱਕ ਕਵਿਤਾ ਸੁਣਾਈ ਜਾਏ ਜੋ ਕਿ ਪਾਤਸ਼ਾਹ ਜੀ ਦੇ ਜਨਮ ਪ੍ਰਕਾਸ਼ ਨਾਲ ਸੰਬੰਧਿਤ ਹੋਵੇ। ਮੈਂ ਜਾਚਕ ਸਾਹਿਬ ਦੀ ਬੇਨਤੀ ਮੰਨਦਾ ਹੋਇਆ ਇਹ ਕਵਿਤਾ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ। ਆਸ ਹੈ ਕਿ ਤੁਸੀਂ ਅੱਜ ਉਸ ਪ੍ਰਕਾਸ਼ ਪੁਰਬ ਨੂੰ ਕੁਛ ਚਿਰ ਵਾਸਤੇ ਜ਼ਰੂਰ ਚੂਨਾ ਮੰਡੀ ਪਹੁੰਚ ਕੇ ਆਨੰਦ ਮਾਣੋਗੇ। ਚੜਿਆ ਸੂਰਜ ਸੱਚ ਦਾ ਮਿਟ ਗਿਆ ਹਨੇਰਾ, ਚੜਿਆ ਸੂਰਜ ਸੱਚ ਦਾ ਮਿਟ ਗਿਆ ਹਨੇਰਾ, ਚਾਨਣ ਚਾਨਣ ਹੋ ਗਿਆ ਅੰਮੜੀ ਦਾ ਵੇੜਾ, ਚਾਨਣ ਚਾਨਣ ਹੋ ਗਿਆ ਮੇਰੀ ਮਾਂ ਦਾ ਵੇੜਾ। ਸੁਣਨਾ ਖਾਲਸਾ ਜੀ ਪਿਆਰ ਨਾਲ। ਉੱਡੀਆਂ ਰਾਤਾਂ ਕਾਲੀਆਂ ਉੱਡ ਗਏ ਹਨੇਰੇ, ਚਮਕੇ ਚੂਨਾ ਮੰਡੀ ਦੇ ਘਰ ਬਾਰ ਬਨੇਰੇ, ਚਮਕੇ ਚੂਨਾ ਮੰਡੀ ਦੇ ਘਰ ਬਾਰ ਬਨੇਰੇ, ਕਣ ਕਣ ਅੰਦਰ ਛਾ ਗਿਆ ਖੁਸ਼ੀਆਂ ਤੇ ਖੇੜਾ, ਕਣ ਕਣ ਅੰਦਰ ਛਾ ਗਿਆ ਖੁਸ਼ੀਆਂ ਤੇ ਖੇੜਾ। ਸਾਰੇ ਬੋਲੋ ਭਾਵੇਂ। ਚਾਨਣ ਚਾਨਣ ਹੋ ਗਿਆ ਅੰਮੜੀ ਦਾ ਵੇੜਾ, ਚਾਨਣ ਚਾਨਣ ਹੋ ਗਿਆ ਮੇਰੀ ਮਾਂ ਦਾ ਵੇੜਾ। ਇਹ ਬੰਦੂਜਾ 12 ਸਾਲਾਂ ਬਾਅਦ ਜੇ ਅੱਜ ਖੁਸ਼ੀਆਂ ਆਈਆਂ, ਹਾਂ ਅਰਸ਼ੋਂ ਫਰਸ਼ੋਂ
ਪਾਰਿਆ ਪਰਵਾਰ ਵਧਾਈਆਂ, ਅਰਸ਼ੋਂ ਫਰਸ਼ੋਂ ਪਾਰਿਆ ਪਰਵਾਰ ਵਧਾਈਆਂ, ਸਤ ਧੰਨਵਾਦ ਸਤਿਗੁਰ ਸੱਚੇ ਪਾਤਸ਼ਾਹ ਦਿੱਤਾ ਲਾਲ ਵਡੇਰਾ, ਸਤਿਗੁਰ ਸੱਚੇ ਪਾਤਸ਼ਾਹ ਦਿੱਤਾ ਲਾਲ ਵਡੇਰਾ, ਜਗਮਗ ਜਗਮਗ ਹੋ ਗਿਆ ਅੰਮੜੀ ਦਾ ਵੇੜਾ, ਚਾਨਣ ਚਾਨਣ ਹੋ ਗਿਆ ਮੇਰੀ ਮਾਂ ਦਾ ਵੇੜਾ। ਸੁਣਨਾ ਖਾਲਸਾ ਜੀ, ਜਿਸ ਤਰ੍ਹਾਂ ਪਰਿਵਾਰਾਂ ਵਿੱਚ ਗੱਲ ਹੁੰਦੀ ਆ, ਮੈਂ ਉਹ ਗੱਲ ਤੁਹਾਨੂੰ ਉੱਥੇ ਚੂਨਾ ਮੰਡੀ 'ਚ, ਪੰਡ ਮਰਾਸੀ ਆ ਗਏ ਅੱਜ ਦੇਣ ਵਧਾਈਆਂ, ਬਾਜੀ ਗਰਾਂ ਵੀ ਆਣ ਕੇ ਅੱਜ ਬਾਜੀਆਂ ਪਾਈਆਂ, ਬਾਜੀ ਗਰਾਂ ਵੀ ਆਣ ਕੇ ਅੱਜ ਬਾਜੀਆਂ ਪਾਈਆਂ, ਨੱਚਦੇ ਟੱਪਦੇ ਗਾਉਂਦੇ ਅੱਜ ਚਾ ਕਨੇਰਾ, ਨੱਚਦੇ ਟੱਪਦੇ ਗਾਉਂਦੇ ਅੱਜ ਚਾ ਕਨੇਰਾ, ਚਾਨਣ ਚਾਨਣ ਹੋ ਗਿਆ ਅੰਮੜੀ ਦਾ ਵੇੜਾ, ਚਾਨਣ ਚਾਨਣ ਹੋ ਗਿਆ ਅੰਮੜੀ ਦਾ ਵੇੜਾ। ਆਖਰੀ ਬੰਦਾ ਤੱਕ ਲੰਬੀ ਕਵਿਤਾ ਹੈ, ਦਿਆ ਕੌਰ ਦੀ ਗੋਦ ਨੂੰ ਰੱਬ ਭਾਗ ਲਗਾਇਆ, ਚੰਨ ਤੋਂ ਸੋਹਣਾ ਲਾਡਲਾ ਗੋਦੀ ਵਿੱਚ ਆਇਆ, ਚੰਨ ਤੋਂ ਸੋਹਣਾ ਲਾਡਲਾ ਗੋਦੀ ਵਿੱਚ ਪਾਇਆ, ਨੂਰੀ ਨੂਰੀ ਲੱਗਦਾ ਅੱਜ ਚਾਰ ਸੁਫੇਰਾ, ਨੂਰੀ ਨੂਰੀ ਲੱਗਦਾ ਅੱਜ ਚਾਰ ਸੁਫੇਰਾ, ਚਾਨਣ ਚਾਨਣ ਹੋ ਗਿਆ ਅੰਮੜੀ ਦਾ ਵੇੜਾ, ਜਗਮਗ ਜਗਮਗ ਹੋ ਗਿਆ ਮੇਰੀ ਮਾਂ ਦਾ ਵੇੜਾ। ਆਖਰੀ ਗੱਲ ਚਾਰ ਬੰਦ ਛੱਡ ਕੇ, ਸੋਢੀ ਕੁੱਲ ਦੇ ਲਾਲ ਤੇ ਹੋ ਸੋਢੀ ਕੁੱਲ ਦੇ ਲਾਲ ਤੇ ਦਿਸੇ ਨੂਰ ਨਿਆਰਾ, ਜੋਤ ਇਲਾਹੀ ਬਾਲ ਹੈ ਇੱਕ ਮਿਲੇ ਇਸ਼ਾਰਾ, ਜੋਤ ਇਲਾਹੀ ਬਾਲ ਹੈ ਇੱਕ ਮਿਲੇ ਇਸ਼ਾਰਾ, ਨਿਮਰ ਇਹ ਪਾਰ ਲੰਘਾਏਗਾ ਹੁਣ ਧਰਮ ਦਾ ਬੇੜਾ, ਨਿਮਰ ਇਹ ਪਾਰ ਲਗਾਏਗਾ ਮੇਰੇ ਦੇਸ਼ ਦਾ ਬੇੜਾ, ਚਾਨਣ ਚਾਨਣ ਹੋ ਗਿਆ ਅੰਮੜੀ ਦਾ ਵੇੜਾ, ਚਾਨਣ ਚਾਨਣ ਹੋ ਗਿਆ ਮੇਰੀ ਮਾਂ ਦਾ ਵੇੜਾ।
ਆਓ ਖਾਲਸਾ ਜੀ ਇਸ ਖੁਸ਼ੀ ਵਿੱਚ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਕਿਤਾਬ ਕਿਸ ਨੂੰ ਨਾ ਮਿਲੀ ਹੋਵੇ ਮਹਾਂਕਾਵ ਤੇ ਡਾਕਟਰ ਸਾਹਿਬ ਨੂੰ ਕੰਟੈਕਟ ਕਰ ਸਕਦੇ ਹਾਂ।